ਸਤ੍ਰੀਕਾਲ ਪੀਐਨਸੀਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਿੱਚ ਇੱਕਦਮ ਵੱਡਾ ਵਾਧਾ ਹੋਇਆ ਹੈ ਇਸ ਬਾਰੇ ਹੁਣ ਤੁਹਾਨੂੰ ਅੰਕੜੇ ਦੱਸਾਂਗੇ ਕਿ ਆਖਿਰ ਕੈਨੇਡਾ ਭਰ ਵਿੱਚ ਕੋਵਿਡ-19 ਦੇ ਤਾਜ਼ਾ ਜੋ ਅੰਕੜੇ ਨੇ ਸਮੇਂ ਕਿੰਨੇ ਹੋ ਚੁੱਕੇ ਨੇ ਤੇ ਐਤਵਾਰ ਨੂੰ ਕਿੰਨੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਨਾਲ ਸਬੰਧਤ ਮਰੀਜ਼ਾਂ ਦੀ ਤੇ ਨਾਲ ਹੀ ਮੌਤਾਂ ਹੋਣ ਦੀ ਗਿਣਤੀ ਸਾਹਮਣੇ ਆਈ ਹੈ ਕੈਨੇਡਾ ਭਰ ਵਿੱਚ ਐਤਵਾਰ ਦੀ ਸ਼ਾਮ ਤੱਕ ਇੱਕ ਦਿਨ ਵਿੱਚ 2145 ਕੋਵਿਡ-19 ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਤੇ ਦੇਸ਼ ਭਰ ਵਿੱਚ 24 ਹੋਰ ਮੌਤਾਂ ਹੋ ਚੁੱਕੀਆਂ ਨੇ ਇਸ ਬਾਰੇ ਅੰਕੜੇ ਸਾਹਮਣੇ ਆਏ ਹੁਣ ਕੈਨੇਡਾ ਭਰ ਵਿੱਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 215884 ਹੋ ਚੁੱਕੀ ਹੈ ਜਦਕਿ ਦੇਸ਼ ਭਰ ਵਿੱਚ 9946 ਕੋਵਿਡ-19 ਕਰਕੇ ਮੌਤਾਂ ਹੋ ਚੁੱਕੀਆਂ ਨੇ ਕੁੱਲ ਮਰੀਜ਼ਾਂ ਦੇ ਵਿੱਚੋਂ 181429 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ ਦੇਸ਼ ਭਰ ਵਿੱਚ 11.1 ਮਿਲੀਅਨ ਵਿਅਕਤੀਆਂ ਦੇ ਕੋਵਿਡ-19 ਸੰਬੰਧੀ ਟੈਸਟ ਵੀ ਹੋ ਚੁੱਕੇ ਨੇ ਜੋ ਐਤਵਾਰ ਨੂੰ ਕੋਵਿਡ-19 ਦੇ ਨਾਲ ਸੰਬੰਧਿਤ ਮਾਮਲਿਆਂ ਦੀ ਗਿਣਤੀ ਸਾਹਮਣੇ ਆਈ ਹੈ ਉਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਪ੍ਰਿੰਸ ਐਡਵਰਡ ਆਈਲੈਂਡ ਤੇ ਹੋਰ ਟੈਰੀਟਰੀਜ਼ ਤੋਂ ਹੀ ਇਹ ਜਾਣਕਾਰੀ ਸਾਹਮਣੇ ਆਈ ਹੈ ਜਿਸ ਬਾਰੇ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ థਰਿਸਾ ਟੈਮ ਦੇ ਵੱਲੋਂ ਕਿਹਾ ਗਿਆ ਕਿ ਜੋ ਤਾਜ਼ਾ ਅੰਕੜੇ ਕੈਨੇਡਾ ਭਰ ਤੋਂ ਸਾਹਮਣੇ ਆਏ ਨੇ ਉਸ ਦੇ ਵਿੱਚ ਔਸਤਨ 2488 ਰੋਜ਼ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 74719 ਟੈਸਟ ਹਰ ਰੋਜ਼ ਔਸਤਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜਿੰਨੇ ਵੀ ਟੈਸਟ ਕੋਵਿਡ-19 ਨਾਲ ਸੰਬੰਧਿਤ ਹਰ ਰੋਜ਼ ਹੋ ਰਹੇ ਨੇ ਉਸ ਦੇ ਵਿੱਚੋਂ ਔਸਤਨ 3.1 ਫੀਸਦੀ ਵਿਅਕਤੀਆਂ ਨੂੰ ਕੋਵਿਡ-19 ਤੋਂ ਪੋਜ਼ੀਟਿਵ ਪਾਇਆ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਊਟਬਰੇਕਸ ਦੇ ਕਰਕੇ ਕੈਨੇਡਾ ਦੇ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਤੇਜ਼ੀ ਦੇ ਨਾਲ ਵਧ ਰਹੀ ਹੈ ਇਥੇ ਜ਼ਿਕਰ ਹੋ ਗਿਆ ਕਿ ਕੈਨੇਡਾ ਪਰ ਵਿੱਚ ਕਈ ਹਸਪਤਾਲਾਂ ਸਕੂਲਾਂ ਰੈਸਟੋਰੈਂਟਸ ਜਾਂ ਫਿਰ ਸੀਨੀਅਰਸ ਦੇ ਕੇਅਰ ਹੋਮਸ ਤੇ ਵਿੱਚੋਂ ਆਊਟਬ੍ਰੇਕ ਦੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਕੱਠਿਆਂ ਹੀ ਕੋਵਿਡ-19 ਦੇ ਮਰੀਜ਼ ਪਾਏ ਗਏ ਵੱਖ-ਵੱਖ ਰੀਆਂ ਕੰਮ ਦੀਆਂ ਥਾਵਾਂ ਦੇ ਉੱਤੇ ਵੀ ਆਊਟਬ੍ਰੇਕ ਦੇ ਮਾਮਲੇ ਸਾਹਮਣੇ ਆਏ ਜਿੱਥੇ ਕਾਮਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਜੇਕਰ ਕਿਊਬੈਕ ਦੀ ਗੱਲ ਕਰੀਏ ਤਾਂ ਉੱਥੇ ਹੀ 879 ਕੋਵਿਡ-19 ਦੇ ਨਵੇਂ ਮਾਮਲੇ ਸਾਹਮਣੇ ਆਏ ਜਿੱਥੇ ਹੁਣ ਤੱਕ ਸੂਬੇ ਦੇ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋ ਚੁੱਕੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ 11 ਨਵੀਆਂ ਮੌਤਾਂ ਵੀ ਹੋਈਆਂ ਨੇ ਜਿਸ ਤੋਂ ਬਾਅਦ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ ਕਰਕੇ 6143 ਮੌਤਾਂ ਹੋ ਚੁੱਕੀਆਂ ਨੇ ਕਿਊਬਿਕ ਵਿੱਚ ਐਤਵਾਰ ਨੂੰ ਜੋ ਅੰਕੜੇ ਸਾਹਮਣੇ ਆਏ ਨੇ ਉਸ ਮੁਤਾਬਕ 84828 ਵਿਅਕਤੀ ਕੋਵਿਡ-19 ਤੋਂ ਠੀਕ ਵੀ ਹੋ ਚੁੱਕੇ ਨੇ ਤੇ ਸੂਬੇ ਵਿੱਚ 2.9 ਮਿਲੀਅਨ ਕੋਵਿਡ-19 ਦੇ ਟੈਸਟ ਹੁਣ ਤੱਕ ਕੀਤੇ ਗਏ ਨੇ。অন্ਟੇਰੀਓ ਦੇ ਵਿੱਚ ਜੋ ਤਾਜ਼ਾ ਮਾਮਲੇ ਸਾਹਮਣੇ ਆਏ ਉਸ ਮੁਤਾਬਕ ਨਵੇਂ ਕੇਸ 1 ਦਿਨ ਵਿੱਚ 1042 ਸਾਹਮਣੇ ਆਏ ਤੇ 7 ਮੌਤਾਂ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਨੇ ਜਿਸ ਤੋਂ ਬਾਅਦ অন্ਟੇਰੀਓ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 70373 ਹੋ ਚੁੱਕੀ ਹੈ ਤੇ 3093 ਮੌਤਾਂ ਹੋ ਚੁੱਕੀਆਂ ਨੇ। ਜਿੱਥੇ ਹੁਣ ਤੱਕ 4.9 ਮਿਲੀਅਨ ਕੋਵਿਡ-19 ਦੇ ਟੈਸਟ ਹੋ ਚੁੱਕੇ ਨੇ। ਤੇ ਨਾਲ ਹੀ 60160 ਵਿਅਕਤੀ ਕੋਵਿਡ-19 ਦੇ ਜੋ ਮਰੀਜ਼ ਸਨ ਉਹ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਇੱਥੇ ਜ਼ਿਕਰ ਯੋਗ ਹੈ ਕਿ ਕੈਨੇਡਾ ਪਰ ਵਿੱਚ 온ਟਾਰੀਓ ਤੇ ਕਿਊਬਿਕ ਅਜਿਹੇ ਸੂਬੇ ਨੇ ਜਿੱਥੇ ਹੁਣ ਤੱਕ ਸਭ ਤੋਂ ਜ਼ਿਆਦਾ ਕੋਵਿਡ-19 ਦੇ ਮਾਮਲੇ ਤੇ ਨਾਲ ਹੀ ਕੋਵਿਡ-19 ਦੇ ਕਰਕੇ ਹੋਈਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਨੇ ਪਰ ਇਸ ਸਮੇਂ ਕੈਨੇਡਾ ਪਰ ਦੇ ਮੁੱਖ ਵੱਖਰੇ ਸੂਬਿਆਂ ਤੋਂ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਕਾਫੀ ਵੱਡੀ ਗਿਣਤੀਤ ਸਾਹਮਣੇ ਆ ਰਹੀ ਹੈ ਜਿਸ 'ਤੇ ਕਾਬੂ ਪਾਉਣ ਦੇ ਵਾਸਤੇ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਨਾਲ ਹੀ ਅਧਿਕਾਰੀਆਂ ਦੇ ਵੱਲੋਂ ਬਾਰ-ਬਾਰ ਸਭ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ ਹਰ ਇੱਕ ਦੇ ਵੱਲੋਂ ਕੋਵਿਡ-19 ਦੇ ਫੈਲਣ ਨੂੰ ਰੋਕਣ ਦੇ ਲਈ ਆਪੋ ਆਪਣਾ ਯੋਗਦਾਨ ਪਾਇਆ ਜਾਵੇ ਜਿਨ੍ਹਾਂ ਦੇ ਵੱਲੋਂ ਮਾਸਕ ਪਾ ਕੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਬਾਰ-ਬਾਰ ਹੱਥ ਧੋ ਕੇ ਜੇਕਰ ਕੋਈ ਖੁਦ ਨੂੰ ਬਿਮਾਰ ਮਹਿਸੂਸ ਕਰ ਰਿਹਾ ਤਾਂ ਉਹ ਘਰ ਰਹਿ ਕੇ ਤੇ ਨਾਲ ਹੀ ਜੋ ਕੋਵਿਡ ਅਲਰਟ ਐਪਲੀਕੇਸ਼ਨ ਹੈ ਉਸ ਨੂੰ ਵੀ ਫੋਨ ਦੇ ਵਿੱਚ ਡਾਊਨਲੋਡ ਕਰਕੇ ਇਸ ਦੇ ਵਿੱਚ ਯੋਗਦਾਨ ਪਾ ਸਕਦਾ ਹੈ ਇਹ ਜ਼ਿਕਰ ਯੋਗ ਹੈ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਇਸ ਸਮੇਂ 2,115,000 ਤੋਂ ਪਾਰ ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਸੋਮਵਾਰ ਨੂੰ ਇਸ ਦੇ ਉੱਤੇ ਹੋਰ ਜਿਹੜੀ ਅਪਡੇਟ ਹੈ ਅੱਜ ਉਹ ਵੀ ਦਿੱਤੀ ਜਾਵੇਗੀ। ਇੱਥੇ ਵੀ ਜ਼ਿਕਰ ਯੋਗ ਹੈ ਕਿ ਕੋਵਿਡ-19 ਨਾਲ ਸੰਬੰਧਿਤ ਜਿੱਥੇ ਇੱਕ ਪਾਸੇ ਹਦਾਇਤਾਂ ਦੀ ਪਾਲਣਾ ਕਰਨ ਦੇ ਵਾਸਤੇ ਲਗਾਤਾਰ ਅਧਿਕਾਰੀਆਂ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ, ਇਸ ਨਾਲ ਸੰਬੰਧਿਤ ਸਖਤੀ ਵੀ ਕੀਤੀ ਜਾ ਰਹੀ ਹੈ। ਅਗਲੇ ਜਿਵੇਂ ਹੌਲੀਡੇ ਸੀਜ਼ਨ ਵੀ ਆ ਰਿਹਾ ਹੈ ਉਸ ਨੂੰ ਦੇਖਦੇ ਹੋਏ ਵੀ ਕੋਵਿਡ-19 ਦੇ ਦੌਰਾਨ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਖਾਸ ਤੌਰ ਦੇ ਉਤੇ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਕੱਠੇ ਹੋ ਕੇ ਜਾਂ ਫਿਰ ਜੋ ਪਰਿਵਾਰ ਨੇ ਇਕੱਠੇ ਹੋ ਕੇ ਜੋ ਪਾਰਟੀਆਂ ਕਰ ਰਹੇ ਨੇ ਜਾਂ ਫਿਰ ਵਿਆਹ ਦੇ ਸਮਾਗਮ ਹੋ ਰਹੇ ਨੇ ਉਸ ਤੇ ਵਿੱਚ ਜ਼ਿਆਦਾ ਗਿਣਤੀ ਵਿੱਚ ਲੋਕ ਇਕੱਠੇ ਨਾ ਹੋਣ ਜਿਸ ਦੇ ਬਾਰੇ ਜੋ ਵੱਖ-ਵੱਖ ਰੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨ ਦੇ ਵਾਸਤੇ ਕਿਹਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਜੋ ਕੈਨੇਡਾ ਪਰ ਵਿੱਚ ਇੱਕ ਪਾਸੇ ਤਾਂ ਜੋ ਫੈਡਰਲ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਤਾਂ ਦੂਜੇ ਪਾਸੇ ਕੈਨੇਡਾ ਦੇ ਹਰ ਇੱਕ ਸੂਬੇ ਦੇ ਵੱਲੋਂ ਆਪੋ ਆਪਣੇ ਪੱਧਰ ਦੇ ਉੱਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਤੇ ਉਸ ਹਰ ਸੂਬੇ ਤੋਂ ਤੇ ਟੈਰੀਟਰੀਜ਼ ਤੋਂ ਜੋ ਉਹਨਾਂ ਦੇ ਸਿਹਤ ਅਧਿਕਾਰੀ ਨੇ ਉਸ ਸੰਬੰਧੀ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਦੇ ਲਈ ਕਹਿੰਦੇ ਨੇ ਤੇ ਇਸ ਨੂੰ ਲੈ ਕੇ ਹਰ ਸੂਬੇ ਦੇ ਵਿੱਚ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਸਭ ਨੂੰ ਕਿਹਾਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਨੂੰ ਇਸ ਮੌਕੇ ਬਾਇਲੋ ਅਧਿਕਾਰੀ ਨੇ ਜਿਹੜੇ ਉਹ ਵੀ ਧਿਆਨ ਰੱਖ ਰਹੇ ਨੇ ਕਿ ਜਿਹੜਾ ਕੁਆਰੰਟੇਨ ਕਰਨਾ ਚਾਹੀਦਾ ਜਿਨ੍ਹਾਂ ਨੂੰ ਉਹ ਕੁਆਰੰਟੇਨ ਜ਼ਰੂਰ ਕਰਨ ਤੇ ਨਾਲ ਹੀ ਜੋ ਪਬਲਿਕ ਥਾਵਾਂ ਨੇ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਕਿਸੇ ਵੀ ਹਦਾਇਤ ਦੀ ਉਲੰਘਣਾ ਨਾ ਹੋਵੇ ਇਸ ਨੂੰ ਲੈ ਕੇ ਫਾਈਨ ਵੀ ਦਿੱਤੇ ਜਾ ਰਹੇ ਨੇ ਹੋਰ ਕਾਰਵਾਈ ਵੀ ਹੋ ਰਹੀ ਹੈ ਚੇਤਾਵਨੀਆਂ ਸਭ ਤੋਂ ਵੱਧ ਦਿੱਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਤੁਹਾਨੂੰ ਅਸੀਂ ਜਦੋਂ ਸੀਆਰਸੀਐਮਪੀ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਜਾਣਕਾਰੀ ਸੁਣਾਈ ਸੀ ਤਾਂ ਉਸ ਦੇ ਵਿੱਚ ਵੀ ਇਹਨਾਂ ਨੇ ਇਹੋ ਕਿਹਾ ਸੀ ਕਿ ਜ਼ਿਆਦਾਤਰ ਉਹ ਲੋਕਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੰਦੇ ਨੇ ਕਿਉਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਦੌਰਾਨ ਜਾਗਰੂਕ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਕਿ ਹਦਾਇਤਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਤੇ ਉਹ ਆਪਣੀ ਤੇ ਆਪਣੇਾਂ ਦੀ ਸੁਰੱਖਿਆ ਦਾ ਧਿਆਨ ਰੱਖਣ ਜਿਸ ਕਰਕੇ ਜੋ ਹੁਣ ਸੈਕੰਡ ਵੇਵ ਕੋਵਿਡ-19 ਦੀ ਚੱਲੀ ਹੋਈ ਹੈ ਇਸ ਤਰ੍ਹਾਂ ਵੀ ਮਾਮਲਿਆਂ ਦੀ ਗਿਣਤੀ ਤੇ ਉੱਤੇ ਕਾਬੂ ਪਾਇਆ ਜਾ ਸਕਕੀ